सांझा टीवी ते आप सब दा स्वागत है। हरियाणा दे करनाल विखे भाजपा हुकूमत वल्लों अन्नेवाह किसानां ते लाठीचार्ज कीते जाण दे विरोध वजों किसान जथेबंदियां वल्लों अते होर भरातरी जथेबंदियां वल्लों विरोध करदिआं संयुक्त मोर्चे दे सद्दे ते 12 तों 2 वजे तक बठिंडा चंडीगढ़ मुख मार्ग जाम करके लहरा वेगा टोल प्लाजा ते खट्टड़ सरकार अते केंद्र सरकार खिलाफ़ रोस प्रदर्शन करदिआं तिखी नारेबाजी कीती। आओ सांझा टीवी पंजाब तों तुहानू दिखाउंदे हां लाइव तस्वीरां। अज असी जाम इस करके किया, कल हरियाणे दे विच करनाल दे विच जिहड़ी खट्टड़ सरकार है, जिहड़ी भाजपा की सरकार है, उहदा कोई मीटिंग वगैरह रखी हुई चोणां नूं लैके, कोई पंचायती चोणां होणगियां हरियाणे दे विच, उत्थे किसानां ने विरोध किया। पर उत्थों दा SDM यह कहिंदा वी इहनां दे सिर पाड़ दिओ, मारो कुट्टो इहनां नूं, इहनां दे सिर पाड़ के इहनां नूं बत कर दिओ। जाने जदों पुछिया लोकां ने, कहिंदा वी सानूं तां सरकार दा हुक्म है, इस करके उत्थे लाठीचार्ज होया गा। लगभग 2:30 बजे 2:15 बजे हरियाणे दीआं सड़कां जाम हो गईआं, 7:15 बजे नूं सारे रिहा करने पए। असी अज उस रोस दे विच जिहड़ी भारतीय जनता पार्टी है, जिहड़ी एडी जबर ते उतरी, जिहड़ी किसानां नूं मारन लगी है, चार छपेरे तों आ रहा है भी अन्नदाता है, किसान है, लीड़ दी हड्डी है देश दी, इहनूं कुट्टिआ जा रिहा है। जे इह शांत भई विरोध करदे आ, फिर आह तशद्दुद क्यों उहनां ते। इस करके ਸਾਡੇ ਕਿਸਾਨਾਂ ਦੇ ਸਿਰ ਪਾੜ ਤੇ ਬਾਹਾਂ ਲੱਤਾਂ ਤੋੜਤੀਆਂ ਤੇ ਉਸ ਦੇ ਵਿਰੋਧ ਦੇ ਵਿੱਚ ਅੱਜ ਸਾਡੇ ਸਾਰੇ ਭਾਰਤ ਦੇ ਸੰਯੁਕਤ ਮੋਰਚੇ ਬੰਨਿਓ 12 ਤੋਂ ਲੈ ਕੇ 2 ਵਜੇ ਤੱਕ ਚੱਕਾ ਜਾਮ ਕੀਤਾ ਜਾ ਰਿਹਾ ਹੈ। ਸਾਡੇ ਭਾਰਤੀ ਕਿਸਾਨ ਜਿਹਨੂੰ ਏਕਤਾ ਅਗਰਾਹਾਂ ਬੰਨਿਓ ਅੱਜ ਸਾਰੇ ਪੰਜਾਬ ਦੇ ਵਿੱਚ ਤੇ ਨਾਲ ਬਠਿੰਡੇ ਜ਼ਿਲ੍ਹੇ ਕੱਲੇ ਦੇ ਵਿੱਚ ਅੱਜ 7 ਥਾਈਂ ਜਾਮ ਹੈ। ਉਹ ਅਸੀਂ ਖੜ੍ਹੇ ਹਾਂ ਬੇਗੇ ਵਾਲੇ ਟੋਲ ਪਲਾਜੇ 'ਤੇ, ਅੱਜ ਟੋਲ ਪਲਾਜੇ 'ਤੇ ਇਸ 'ਤੇ ਜਾਮ ਕੀਤਾ ਹੋਇਆ। ਆਮ ਹੀ ਧਰਨਾ ਚੱਲਦਾ, ਟੋਲ ਪਲਾਜਾ ਬੰਦ ਹੈ, ਤੁਹਾਨੂੰ ਪਤਾ ਸਾਰਿਆਂ ਨੂੰ, ਲਗਭਗ 11 ਮਹੀਨੇ ਹੋ ਚੱਲੇ ਨੇ। ਪਰ ਅੱਜ ਇਹ ਉਸ ਰੋਸ ਦੇ ਵਿੱਚ ਅੱਜ ਇਹ ਸੜਕ ਜਾਮ ਕੀਤੀ ਹੋਈ ਹੈ, ਉੱਧਰ ਪੈਟਰੋਲ ਪੰਪ ਹੈ ਰਾਮਪੁਰੇ ਉੱਥੇ ਜਾਮ ਕੀਤੀ ਹੋਈ ਹੈ, ਉੱਧਰ ਜੀਤੇ ਵਾਲਾ ਟੋਲ ਪਲਾਜਾ ਉੱਥੇ ਜਾਮ ਕੀਤੀ ਹੋਈ ਹੈ, ਉੱਧਰ ਮਲੋਟ ਵਾਲੀ ਸੜਕ ਜਾਮ ਕੀਤੀ ਹੋਈ ਹੈ, ਉੱਧਰ ਤਲਵੰਡੀ ਵਾਲੀ, ਉੱਧਰ ਮੌੜ ਮੈਸਰਖਾਨਾ, ਜਣੇ ਥਾਂ ਥਾਂ 'ਤੇ ਸੜਕਾਂ ਜਾਮ ਕੀਤੀਆਂ ਉਸ ਰੋਸ ਦੇ ਵਿੱਚ। ਕਿਉਂਕਿ ਸਰਕਾਰ ਹੈ ਜਿਹੜੀ ਮੋਦੀ ਸਰਕਾਰ, ਉਹ ਭਾਜਪਾ ਦੀ ਸਰਕਾਰ ਜਿਹੜੀ ਕੰਪਨੀਆਂ ਦੇ ਆਖੇ 'ਤੇ ਚੱਲਦੀ ਹੈ, ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ। ਜਦੋਂ ਕਿਸਾਨ ਰੋਸ ਵਿਖਾਵਾ ਕਰਦੇ ਹੈ, ਉਹਨਾਂ ਦੇ ਸਿਰ ਪਾੜੇ ਜਾਂਦੇ, ਬਾਹਾਂ ਲੱਤਾਂ ਬਾਹਾਂ ਤੋੜੇ ਜਾਂ ਥਾਣੇ 'ਚ ਬੰਦ ਕੀਤਾ ਜਾਂਦਾ, ਉਸ ਦੇ ਵਿਰੋਧ 'ਚ ਅੱਜ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ, ਜੇ ਕਹਿੰਦੀਏ ਸਾਰੇ ਭਾਰਤ ਦੇ ਵਿੱਚ ਅੱਜ ਸੜਕਾਂ ਜਾਮ ਕੀਤੀਆਂ। ਅੱਜ ਅਸੀਂ ਜਿਹੜਾ ਹਰਿਆਣੇ ਦੇ ਵਿੱਚ ਕੱਲ੍ਹ ਕਾਨੂੰਨ ਮੁਤਾਬਕ ਇਹ ਗੱਲ ਕਹਿੰਦੇ ਵੀ SDM ਸਾਹਿਬ ਹੈ ਜਿਹੜੇ, ਉਹਦੇ ਕੋਲ ਤੁਸੀਂ ਸ਼ਿਕਾਇਤ ਦਰਜ ਕਰਿਆ ਕਰੋ, ਜਿਹੜਾ ਆਹ ਕਾਲੇ ਕਾਨੂੰਨ ਇਹਦੇ ਵਿੱਚ ਦਰਜ ਕੀਤਾ ਹੋਇਆ। ਕੱਲ੍ਹ ਜਿਹੜਾ SDM ਉਤਰਿਆ ਹੋਇਆ, ਜੀ ਤੁਸੀਂ ਵੀਡੀਓ ਦੇਖੀ ਹੈ ਵੀ ਕਿਸਾਨਾਂ ਦੇ ਸਿਰ ਪਾੜ ਦਿਓ, ਸਿਰ ਭੰਨ ਦਿਓ, ਇਹ ਸ਼ਬਦ ਬੋਲਦਾ ਹੈ। ਉਹਨਾਂ ਤੋਂ ਅਸੀਂ ਆਸ ਨਹੀਂ ਰੱਖਦੇ ਇਸ ਭਲੇ ਦੀ। ਇਸ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਜਿਹੜਾ ਸੱਦਾ ਦਿੱਤਾ ਹੋਇਆ ਸੜਕਾਂ ਜਾਮ ਦਾ 12 ਤੋਂ 2 ਵਜੇ ਤੱਕ, ਇਹ ਇੱਕ ਸੰਕੇਤ ਹੈ ਸਰਕਾਰ ਦੇ ਲਈ। ਕਿਉਂਕਿ ਸਮੇਂ ਸਮੇਂ 'ਤੇ ਉਹ ਜ਼ਬਰ ਕਰਦੀ ਆਉਂਦੀ, ਅਸੀਂ ਸੰਕੇਤ ਦਿੰਦੇ ਆਉਂਦੇ ਹਾਂ, ਆਉਣ ਵਾਲੇ ਦਿਨਾਂ ਦੇ ਵਿੱਚ BJP ਇਹ ਗੱਲ ਸੋਚ ਲਏ। ਉਹ ਕਹਿੰਦੇ ਅਸੀਂ 117 ਸੀਟਾਂ ਪੰਜਾਬ ਦੇ ਵਿੱਚੋਂ ਕੱਢਾਂਗੇ, ਉੱਤਰਾਚਲ ਦੀ UP ਦੀ ਚੋਣ ਆਉਣੀ ਹੈ, ਉਹਨਾਂ ਨੂੰ ਬੰਦੇ ਨਹੀਂ ਭਾਲੇ ਸਿਆਉਣੇ ਜਿਹੜੀ ਹਾਲਤ 'ਚ ਉਹ ਆਏ ਹੋਏ ਆ। ਹੁਣ ਇਹ ਜ਼ਬਰ ਦੇ ਖਿਲਾਫ਼, ਚਾਹੇ ਅੱਜ 2 ਘੰਟਿਆਂ ਦਾ ਸੰਕੇਤਕ ਰੋਸ ਹੈ, ਜੇ ਸਰਕਾਰ ਇਸ ਜ਼ਬਰ 'ਤੇ ਲੰਮਾ ਸਮਾਂ ਉਤਰੂ, ਸਰਕਾਰ ਆਪਦੀਆਂ ਜੜਾਂ ਖੇਡੂਗੀ। ਇਹ ਕੰਧ 'ਤੇ ਲਿਖਿਆ ਪੜ੍ਹ ਲਏ ਸਰਕਾਰ, ਅਸੀਂ ਭਾਰਤੀ ਕਿਸਾਨ ਜਨ ਏਕਤਾ ਗ੍ਰਾਹਾਂ ਵੱਲੋਂ ਅੱਜ ਬਠਿੰਡੇ ਜ਼ਿਲ੍ਹੇ 7 ਥਾਵਾਂ 'ਤੇ ਪੂਰੇ ਪੰਜਾਬ 'ਚ ਅੱਡੋ ਅੱਡੀ ਥਾਵਾਂ 'ਤੇ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਤੇ ਜਿਹੜੇ ਜਾਮ ਹੈ ਸੰਕੇਤਕ 2 ਘੰਟਿਆਂ ਦੇ ਲਾਏ ਹੋਏ ਹੈ। ਆਉਣ ਵਾਲੇ ਦਿਨਾਂ 'ਚ ਸਰਕਾਰ ਪਿੱਛੇ ਨਹੀਂ ਮੁੜਦੀ, ਕਾਨੂੰਨਾਂ ਵਾਲੀ ਗੱਲ 'ਤੇ ਅੜੀ ਰਹਿੰਦੀ ਹੈ, ਉਹ ਇਹ ਬੁੱਝ ਲਏ ਉਹਨਾਂ ਦੀ ਹਾਲਤ ਕੀ ਬਣਨੀ ਹੈ। ਇਹ ਲੋਕਾਂ ਦੇ ਸੰਕੇਤ ਦੱਸ ਰਹੇ ਆ, ਆਪ ਮਹਾਰਤਾ ਨਹੀਂ, ਇੱਕ ਦਿਨ ਤੋਂ ਬਾਅਦ ਜੇ ਕੱਲ੍ਹ ਸ਼ਾਮ ਨੂੰ ਇਹ ਸੱਦਾ ਆਇਆ ਹੋਇਆ ਹੈ, ਅੱਜ ਸਾਰੇ ਪੰਜਾਬ ਦੇ ਵਿੱਚ ਟੋਏ ਟੋਏ ਹੋਈ ਹੈ, ਹਿੰਦੁਸਤਾਨ ਦੇ ਵਿੱਚ ਟੋਏ ਟੋਏ ਹੋਈ ਪਈ ਹੈ, ਅਤੇ ਜੇ ਕਦੇ ਮੱਥ ਕੇ ਕਰਨਗੇ ਸਾਰਾ ਕੁਛ, ਇਹਦੇ ਸਿੱਟੇ ਭਿਆਂ ਨਿਕਲਣਗੇ। ਅਸੀਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ, ਗੱਲ ਸਾਡੀ ਮੰਨ। ਅਤੇ ਪਹਿਲਾਂ ਤਾਂ ਜੀ ਤੁਹਾਡਾ ਹੀ ਮੀਡੀਆ ਦਾ ਧੰਨਵਾਦ ਕਰਦੇ ਹਾਂ, ਜਿਹੜਾ ਤੁਸੀਂ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਦਿੰਦੇ ਤੁਸੀਂ ਵੱਧ ਤੋਂ ਵੱਧ ਯੋਗਦਾਨ ਪਾਉਂਦੇ। ਇਹ ਜਿਹੜਾ ਮੋਰਚਾ ਲੱਗਿਆ, ਇਹ ਦਿੱਲੀ ਦੇ ਸੰਯੁਕਤ ਮੋਰਚੇ ਵੱਲੋਂ ਕਾਲ ਆਈ ਰਾਤ,
भी कल जो घटना वापरी है हरियाणे के वो साडे हरियाणे के किसानों के उत्ते लाठियां चराईया गई सिर पाड़े गए तो जेलों के बंद किए गए थे क्योंकि जोड़ा उतों का एस डी एम बोर्ड है भी जर किसानों के एक भी ना सुखा जाए सिर पाड़े बिना वो विरोध वालों उस जी मोदी सरकार है खट्टर की सरकार है वो निखेधी करते हुए असं अच्छ सारे हिंदुस्तान के सड़कों पर निकले हैं। कल ही हरियाणे के जो घटना वापर गई थी सारे लोग सड़कों पर आ गए किसान मजदूर तो उन्होंने बिना सर रिहा भी कराया वो हस्पतालों के भी वही गिणती साढ़े किसान दाखिल है उस मोर्चे वालों कड़ी वालों असं अच्छ सारे पंजाब हिंदुस्तान के दो घंटे रोड जाम। अगला जो सानू दिल्ली तो सद्दा आऊगा क्योंकि साड़ी जी तीजी अख दिल्ली वल है जो भी सानू सद्दा आऊगा उन्होंने असं लागू करांगे वध तो वध लागू करांगे साढ़े नाल वड्डी गिणती च किसान मजदूर सांझा जिहड़ा थड़ा बनिया होया मुलाजमान का वो असं उस थड़े के उत्ते उस दिल्ली वाली कॉल नूं असं लागू करांगे किसी भी कानून फैसला आए तो असं उस लागू करांगे। सिंह जी असी ठेका मुलाजम संघर्ष मोर्चा पंजाब वालों आए जी असी इतने थर्मल प्लांट के मैं बतौर प्रधान हैगा सो अज का जोड़ा संयुक्त मोर्चे का फैसला सीगा जोड़ा कल का जोड़ा एस डी एम ने बकायदा चैलेंज करके किसानों के सिर भन्या के कह के आपकी पुलिस में भी सिर तो घट आप गल नहीं करनी गी सो दी असी जोरदार निखेधी करते हैं ठेका मुलाजम संघर्ष मोर्चे वालों तो जोड़े साढ़े ये संयुक्त मोर्चे के किसान मजदूर है वो साडे ही प्यो दादे है चाचे ताए है साडे घर चो आहो सो इस करके गल साडी अड नहीं हैगी कि असी चाहे ठेके से काम करते हैं सरकारी महकमे के जिथे इन की लड़ाई है कि जमीन खोहण की है साडी घर उत्थे सानू ठेके से रख के साडियां नौकरियां जिहड़ियां कच्चियां साडे महकमे जिहड़े वह खाधे जांदे सरकार तो सरकार ने सारे सेल ते लाए हुए ने सो ये साडी एक सांझी जंग बनती है लड़ाई बनती है साडी सरकार के प्रति असी इतों सोचते हैं भी साडा दुश्मन आ जिहड़ा वो एक हैगा साडे वख-वख तबकियां दे लोग आ जिहड़े चाहे वह किसान आ मजदूर आ मुलाजम आ कच्चे आ चाहे पक्के आगे ये सारे एक आगे एक इन्हां दी जात आगी तो जिहड़े साडे लुट्टण वाले आगे लटेरे उन्हां दी एक जात आ सो इस करके अज असी इस संयुक्त मोर्चे दे विच शामिल होए आंगे इहदे विच असी अज आपकी वड्डी गिणती विच परिवारां समेत आए आंगे इस गल की निखेधी करन आए आंगे भी जिहड़ा कल इह लाठीचार्ज होया ये हरियाणा सरकार इहदी माफ़ी मंगे तो वह एस डी एम नूं सस्पेंड करे टर्मीनेट करना चाहिए इहो जिहे अफसर जे कुर्सियां ते बहिणगे तां साडे वास्ते उह जणी वधिया नहीं ढंग नाल सोचणगे जिहड़ा असीं स्वाभिमान चाहुंदे आ इज्जतमान चाहुंदे आ जिहे जिहा अफसर चाहुंदे ने सरकारां चाहुंदियां उहो जिहा आम लोकां दा भी इज्जतमान होवे सो इहदे खिलाफ़ साडी जंग आ जिहड़ी भगत सिंह का जिहड़ा सुपना से इतों मनुख की लुट्ट आ जिहड़ी खत्म होनी चाहिए आ वो लड़ाई साडी उन्ना चिर जारी रहू जिन्ना चिर भगत सिंह का सुपना पूरा नहीं।